ਬਲਵਿੰਦਰ ਸਿੰਘ ਕਣਗਾ ਭਾਰਤੀ ਕਿਸਾਨ ਚੋਣੀ ਨੇ ਏਕਤਾ ਸਿੱਧੂ ਪਰ ਮੇਰੇ ਗੋਲੀ ਵੱਜੀ ਆ। ਬਲਵਿੰਦਰ ਸਿੰਘ ਕਣਗਾ ਭਾਰਤੀ ਕਿਸਾਨ ਚੋਣੀ ਨੇ ਏਕਤਾ ਸਿੱਧੂ ਪਰ ਫਰੀਦਕੋਟ ਪੰਜਾਬ ਕੀ ਕਹੋਗੇ ਇੱਥੇ ਬੱਚਾ ਮੇਰੇ ਵੋਲਟਾ ਸੀ ਇੱਥੇ ਵੀ ਬਾਪੂ ਦੋ ਲੱਗੇ ਇੱਥੇ ਵੀ ਲੱਗੇ ਤਿੰਨ ਮੇਰਾ ਗੱਲ ਰੁਕੀ ਜਾਂਦਾ ਮੇਰਾ ਗੱਲ ਦਾ ਸਾਹ ਰੁਕਦਾ ਮੇਰਾ ਹੁਣ ਇੱਧਰ ਗੱਲ ਚ ਮੇਰੇ ਸੋਚ ਹੋਈ ਜਾਂਦੀ ਹੈ ਸਾਹ ਰੁਕਦਾ ਮੇਰਾ ਸੋਚ ਹੋਈ ਜਾਂਦੀ ਹੈ ਗੱਲ ਨੂੰ ਮੇਰੇ ਡਾਕਟਰ ਸਾਹਿਬ ਨਹੀਂ ਮੈਂ ਕੋਈ ਡਰਨ ਵਾਲਾ ਨੀ ਬੇਸ਼ੱਕ ਮਰ ਜਾ ਵੀਰੋ ਉਹਨੇ ਜਿੰਨਾ ਚ ਸੀਟੀਆਂ ਪਾ ਕੇ ਗੋਲੀ ਕੱਟ ਦੋ ਯਾਰ ਕੱਢੋ ਬਾਈ ਕੱਟ ਕਹਾਂ ਹਸਪਤਾਲ ਚ ਲੈ ਕੇ ਜਾਓ ਵੀਰੇ ਤੁਸੀਂ ਥੱਲੇ ਖੋਲ ਲਾ ਬਾਬਾ ਮਾੜਿਆ ਖੋਲ ਦਿਆ ਮਰ ਚੁੱਕੇ ਸੀ ਉਹਦਾ ਕੋਈ ਮੈਨੂੰ ਨੀ ਦਾ ਮੇਰਾ ਦੇਸ਼ ਦਾ ਕਿਸਾਨ ਬਚ ਗਏ ਮੈਂ ਮਰ ਜਾ ਕੋਈ ਫਰਕ ਗੱਲ ਨੀ ਬਿਲਕੁਲ ਉੱਥੇ ਜਿਹੜਾ ਹੈਗਾ ਸਾਡਾ ਇੱਕ ਨੌਜਵਾਨ ਆ ਮੇਰਾ ਭਾਈ ਆ ਮੇਰਾ ਭਰਾ ਸਾਰੀ ਜਿਹੜੀ ਇਹਦੀ ਛਾਤੀ ਆ ਆਹ ਦੇਖੋ ਕਿੰਨੇ ਥਾਵਾਂ ਤੋਂ ਇਹ ਛੱਲੀ ਕੀਤੀ ਆ ਇਧਰਲੇ ਪਾਸਿਆਂ ਤੋਂ ਆਹ ਗੱਲ ਤੇ ਤੁਸੀਂ ਦੇਖ ਸਕਦੇ ਆ ਘੱਟੋ ਘੱਟ 15 ਤੋਂ 20 ਨਿਸ਼ਾਨ ਆ ਮੇਰੇ ਭਰਾ ਦੇ ਜਿਹੜੇ ਵੱਜੇ ਆ ਪਰ ਬਾਈ ਕੀ ਕਹਿੰਦੇ ਆ ਦਿੱਲੀ ਜਾਣਾ ਕਿ ਨਹੀਂ ਜਾਣਾ ਜਾਣਾ ਕੁਛ ਮਰਜ਼ੀ ਕਰ ਲੈਣਾ ਭਲਾ ਇਹ ਜਾਨੋ ਮਾਰ ਦੇਣ ਯਾਰ ਕਿੰਨੇ ਕੁ ਨੂੰ ਮਾਰ ਦੇਣਗੇ ਯਾਰ ਪਰ ਅਸੀਂ ਦਿੱਲੀ ਪਹੁੰਚਾਂਗੇ ਠੀਕ ਆ ਜਿਹੜੇ ਜਿਹੜੇ ਬਾਈ ਘਰਾਂ ਚ ਬੈਠੇ ਆ ਉਹਨਾਂ ਦੱਸ ਉਹ ਕਿਸਾਨ ਦੇ ਪੁੱਤ ਆ ਕਿ ਨਹੀਂ ਕਿ ਕੀ ਆ ਇੱਕ ਵਾਰੀ ਤਾਂ ਹੱਥ ਜੋੜ ਕੇ ਅਪੀਲ ਕਰਦੇ ਆ ਕਿ ਭਰਾਵੋ ਜਿਹੜੇ ਇੱਥੇ ਸਾਰੇ ਫਿਰਦੇ ਨੇ ਇਹ ਵੀ ਮਾਵਾਂ ਦੇ ਪੁੱਤ ਨੇ ਤੇ ਮੇਰਾ ਵੀਰ ਸਾਰੇ ਘਰਾਂ ਚੋਂ ਨਿਕਲੋ ਇਕੱਠੇ ਹੋਵੋ ਇਕੱਠੇ ਹੋ ਕੇ ਇਹਨਾਂ ਨੂੰ ਹਜੂਮ ਦੇ ਨਾਲ ਆਪਾਂ ਜਵਾਬ ਦਈਏ ਠੀਕ ਹੈ ਵੀ ਆਪਾਂ ਕੀ ਕਰ ਸਕਦੇ ਆ ਪਰ ਕੋਈ ਗੱਲ ਨੀ ਇਹ ਜੋ ਸਾਡੇ ਦੇ ਤਸ਼ੱਦਦ ਧਾਰੇ ਨੇ ਅਸੀਂ ਉਹ ਇੱਕ ਵਾਰੀ ਸਹਿਣ ਕਰਾਂਗੇ